ਸੋਚਾਂ ਦੇ ਦਰ ਸਾਰੇ ਮੈਂ ਤੇਰੇ ਮਹਿਬੂਬ ਦੀ ਗੱਲ ਲਿਖਾਂ। ਮੇਰੇ ਨਾਲ ਬੋਲਦੇ ਆਪਣਾ ਪਤਾ ਲੱਗੇ ਮੈਨੂੰ ਕੋਈ ਸੁਣਦਾ ਪਿਆ। ਰੱਬਾ ਖੋਲਦੇ ਸੋਚਾਂ ਦੇ ਦਰ ਸਾਰੇ ਮੈਂ ਤੇਰੇ ਮਹਿਬੂਬ ਦੀ ਗੱਲ ਲਿਖਾਂ, ਜੇ ਸੁਲਫ ਦੀ ਕਸਮ ਤੂੰ ਆਪ ਚੇਨਾ ਉਸ ਜ਼ੁਲਫ ਵਲੈਲ ਦੇ ਵੱਲ ਲਿਖਾਂ। ਸਲਾਮਤ ਰਹੋ। 1,24,000 ਵਿੱਚੋਂ ਪਿਆਰਾ ਨਬੀ ਬੇ ਮਿਸਲ ਮਿਸਲ ਲਿਖਾਂ, ਜਿਹੜੀ ਹੋਈ ਜਾਂ ਅਰਸ਼ ਅਜ਼ੀਮ ਉੱਤੇ ਮੁਲਾਕਾਤ ਦਾ ਇੱਕ ਇੱਕ ਪਲ ਲਿਖਾਂ, ਤੀਰ ਅਸਕਰ ਦੇ ਗਲੇ ਚੋਂ ਪਾਰ ਹੋਇਆ ਕਿਵੇਂ ਹੋਈ ਬੇਰਹਿਮ ਅਜਲ ਲਿਖਾਂ, ਤੀਰ ਅਸਕਰ ਦੇ ਗਲੇ ਚੋਂ ਪਾਰ ਹੋਇਆ ਕਿਵੇਂ ਹੋਈ ਬੇਰਹਿਮ ਅਜਲ ਲਿਖਾਂ, ਪਰ ਸਬਰ ਹੁਸੈਨ ਨਾ ਟੁੱਟਣ ਦਿੱਤਾ ਆਈ ਜਿਤਨੀ ਵੀ ਮੁਸ਼ਕਲ ਲਿਖਾਂ। ਹੁਣ ਤਵੱਜੋ ਕਰਨੀ ਹੈ, ਆਈ ਜਿਤਨੀ ਵੀ ਮੁਸ਼ਕਲ ਲਿਖਾਂ ਜਿੱਤ ਹੱਕ ਦੀ ਉਹ ਅਖੀਰ ਗਈ। ਸਮਝਦੇ ਪਏ ਹੋ ਨਾ, ਜਿੱਤ ਹੱਕ ਦੀ ਉਹ ਅਖੀਰ ਗਈ ਕਿਵੇਂ ਹੱਕ ਦੀ ਹੋਈ ਬਲ ਬਲ ਲਿਖਾਂ। ਰੱਬਾ ਦੇ ਤੌਫੀਕ ਮੁਲਾਜ਼ਮ ਨੂੰ ਤੇਰੇ ਨਬੀਆਂ ਪਿਗੰਬਰਾਂ ਤੇ ਬਲੀਆਂ ਦੀ ਮੈਂ ਲਿਖਦਾ ਰਹਾਂ ਤਾਰੀਫ, ਮੈਂ ਜੀਂਦਿਆਂ ਤਾਈਂ ਕੁਝ ਅੱਜ ਲਿਖਾਂ ਕੁਝ ਕੱਲ ਲਿਖਾਂ। ਰੇਤ ਤੇ ਲਿਖ ਕੇ ਨਾ ਮੇਰਾ ਆਪੇ ਯਾਰ ਮਿਟਾ ਕੇ ਰੋ ਪਾਉਂਦਾ ਹੈ। ਅਜੇ ਨਹੀਂ ਮਜ਼ਾ ਆਇਆ, ਥੋੜਾ ਜਿਹਾ ਹੋਰ ਕਿ ਆਪੇ ਰੇਤ ਤੇ ਲਿਖ ਕੇ ਨਾ ਮੇਰਾ ਆਪੇ ਯਾਰ ਮਿਟਾ ਕੇ ਰੋ ਪਾਉਂਦਾ ਹੈ, ਉਂਝ ਮੈਨੂੰ ਵੇਖ ਕੇ ਰਾਜ਼ੀ ਨਹੀਂ ਮੇਰੀ ਸ਼ਕਲ ਬਣਾ ਕੇ ਰੋ ਪਾਉਂਦਾ ਹੈ। ਤੇ ਇਸ ਜੋ ਕੁਛ ਦਿਲ ਵਿੱਚ ਨਹੀਂ ਬਦਾਏ ਜਜ਼ਬਾਤ ਲੁਕਾ ਕੇ ਰੋ ਪਾਉਂਦਾ ਹੈ, ਕਈ ਸਮਝ ਮੁਲਾਜ਼ਮ ਨਹੀਂ ਆਉਂਦੀ ਮੈਨੂੰ ਆਪ ਰੁਆ ਕੇ ਰੋ ਪਾਉਂਦਾ। ਸਲਾਮਤ ਰਹੋ। ਮੈਨੂੰ ਉਮੀਦ ਉਹ ਲੱਗ ਗਈ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਫਨਕਾਰਾਂ ਨੂੰ ਸੁਣਨਾ, ਤੁਸੀਂ ਕਾਸਿਮ ਕੱਲ ਵਾਲਿਆਂ ਨੂੰ ਸੁਣਨਾ। ਇਸੇ ਤਰ੍ਹਾਂ ਇੱਕ ਹੋਰ ਖੂਬਸੂਰਤ ਦੌੜਾ ਕਿ ਜਿਸ ਦਿਲ ਵਿੱਚ ਰਹਿਮ ਤੇ ਕਰਮ ਨਾ ਹੋਵੇ, ਜਿਸ ਦਿਲ ਵਿੱਚ ਰਹਿਮ ਤੇ ਕਰਮ ਨਾ ਹੋਵੇ ਉਹ ਪੱਥਰ ਦਾ ਸੀਨਾ ਹੁੰਦਾ ਹੈ, ਉਹਦੀ ਚਮਕ ਮੁਲਾਜ਼ਮ ਨਹੀਂ ਗੱਠਦੀ ਜਿਹੜਾ ਅਸਲ ਨਗੀਨਾ ਹੁੰਦਾ ਹੈ। ਤੇ ਮੱਖੀ ਬਣਦੀ ਹੈ ਜਿਸਮ ਹਸੀਨ ਨੂੰ ਛੱਡ ਕੇ, ਉਹ ਜਿੱਥੇ ਖੂਨ ਪਸੀਨਾ ਹੁੰਦਾ ਹੈ ਉਹ ਐਪ ਡੁੱਟਦਾ ਹੈ ਲੋਕਾਂ ਦੇ ਜਿੰਨਾ ਸਿਹਤ ਕਮੀਨਾ ਹੁੰਦਾ ਹੈ। ਸਲਾਮਤ ਰਹੋ। ਹੁਣ ਜਿਹੜੀ ਚੀਜ਼ ਹੁਣ ਮੈਂ ਤੁਹਾਨੂੰ ਸੁਣਾਊਂਗਾ, ਮੈਨੂੰ ਫਰਮਾਇਸ਼ ਆਇਆ ਦੋਸਤ ਮੇਰਾ ਫਨਕਾਰ ਜਨਾਬ ਮੁਹੰਮਦ ਇੰਤਜ਼ਾਰ ਕਰੋ, ਉਹਨਾਂ ਨੇ ਫਰਮਾਇਸ਼ ਕੀਤੀ ਆਈ। ਸਲਾਮਤ ਰਹੋ, ਸ਼ੁਕਰੀਆ ਸਲਾਹ ਜ਼ਾਇਦਾ, ਅੱਲਾ ਸਲਾਮਤ ਰੱਖੇ। ਤੋੜਾ ਹੈ ਕਿ ਜ਼ਿੰਦਗੀ ਵਿੱਚ ਇੱਕੇ ਵਾਰੀ ਪਿਆਰ ਆਉਂਦਾ ਹੈ, ਤੈਨੂੰ ਕੀਤਾ ਹੈ ਕਰਦਿਆਂ ਰਾਣਾ। ਹੁਣ ਬੋਲੇ ਮਿਹਰਬਾਨੀ, ਸਲਾਮਤ ਰਹੋ। ਜ਼ਿੰਦਗੀ ਵਿੱਚ ਇੱਕੇ ਵਾਰੀ ਪਿਆਰ ਆਉਂਦਾ ਹੈ, ਤੈਨੂੰ ਕੀਤਾ ਹੈ ਕਰਦਿਆਂ ਰਾਣਾ ਹੈ, ਜਿਵੇਂ ਹਾਕਮ ਤੇ ਮਾਕੂਮ ਹੁੰਦੇ ਨੇ ਤੈਥੋਂ ਇੰਝ ਮੈਂ ਡਰਦਿਆਂ ਰਾਣਾ ਹੈ। ਕਿਵੇਂ ਮੈਨੂੰ ਦੁੱਖ ਦੇਸੇ ਭਾਵੇਂ ਸੁੱਖ ਦੇਸੇ, ਤੇਰੀ ਹਰ ਗੱਲ ਜਰਦਿਆਂ ਰਾਣਾ ਹੈ, ਉਹ ਹੈ ਜਿਤਨੀ ਉਮਰ ਮੁਲਾਜ਼ਮ ਦੀ ਤੇਰੀ ਜ਼ਾਤ ਤੇ ਮਰਦਿਆਂ ਰਾਣਾ ਹੈ। ਸਲਾਮਤ ਰਹੋ। ਦਾੜੀ ਤਾੜ ਜਿਹੜੀਆਂ ਤੁਹਾਨੂੰ ਮੰਗਿਆ ਕਿ ਦਾਦ ਔਰ ਤਾੜੀ ਖੁੱਲ੍ਹ ਕੇ ਮਾਰੀ ਕਰੋ, ਇਹਦੇ ਉੱਤੇ ਕੋਈ ਟੈਕਸ ਨਹੀਂ। ਬਾਕੀ ਬੇਸ਼ੱਕ ਇਹ ਜਨਾਬ ਵਾਲਾ ਗੈਸ 'ਤੇ ਟੈਕਸ ਹੈ, ਬਾਕੀ ਹਰ ਸ਼ਾਇਦ 'ਤੇ ਟੈਕਸ ਹੈ, ਬਿਜਲੀ 'ਤੇ ਟੈਕਸ ਹੈ, ਲੇਕਿਨ ਇਹਦੇ 'ਤੇ ਟੈਕਸ ਕੋਈ ਨਹੀਂ ਨੇ। ਤਾੜੀ ਖੁੱਲ੍ਹ ਕੇ ਮਾਰੀ ਕਰੋ, ਬੜੀ ਮਿਹਰਬਾਨੀ। ਸਲਾਮਤ ਰਹੋ, ਆਬਾਦ ਰਹੋ। ਇੱਕ ਖੂਬਸੂਰਤ ਦੌੜਾ, ਇਨਸ਼ਾਅੱਲਾ ਤਾਲਾ ਮੈਂ ਯਕੀਨ ਨਾਲ ਰੱਖਸਾਂ ਕਿ ਇਹ ਦੌੜਾ ਸੁਣ ਕੇ ਇੱਕ ਬੰਦੇ ਨੂੰ ਪੈਗਾਮ ਦਿੱਤਾ ਨਾ, ਉਹਦੇ ਲਈ ਗਿਆ ਤਾਂ ਉਹ ਪਿਆਖੇ ਮੇਰੀ ਵਜ੍ਹਾ ਤੋਂ ਉਹਦੀ ਪਹਿਚਾਣ ਬਣੀ, ਉਹਨੂੰ ਲੋਕ ਜਾਣਦੇ ਨੇ, ਪੀਰ ਜ਼ਮੀਰ ਸ਼ਾਹ, ਪੀਰ ਮਦਰ ਸ਼ਾਹ ਦੇ ਕੁਕਵਾਰਾ ਸਾਹਿਬ। ਉਸ ਆਖਿਆ ਜੀ ਮੇਰੀ ਵਜ੍ਹਾ ਤੋਂ ਤੁਹਾਡੀ ਜਿਹੜੀ ਇੱਜ਼ਤ ਬਣੀ ਹੈ। ਉਹ ਆਉਂਦਾ ਤਾਂ ਇੰਝ ਨਹੀਂ, ਉਹਨੂੰ ਜਾ ਕੇ ਗੱਲ ਦੱਸ ਜਾ। ਉਸ ਆਖਿਆ ਕਿਹੜੀ? ਪੀਰ ਸਾਹਿਬ ਤਵੱਜੋ ਕਰਿਆ ਦੌੜੇ ਤੇ ਕਿ ਮੇਰੇ ਵਾਂਗੂ ਖੁਲਕ ਦੇ ਬਿਸਤਰ ਤੇ ਤੈਨੂੰ ਯਾਰ ਸਵੈਂਦਾ ਹੀ ਕੋਈ ਨਾ, ਮੇਰੇ ਵਾਂਗੂ ਖੁਲਕ ਦੇ ਬਿਸਤਰ ਤੇ ਤੈਨੂੰ ਯਾਰ ਸਵੈਂਦਾ ਹੀ ਕੋਈ ਨਾ, ਤੈਨੂੰ ਯਾਰ ਸਵੈਂਦਾ ਹੀ ਕੋਈ ਨਾ, ਤੇਰੇ ਸਿਰ ਤੇ ਮੁਲਾਜ਼ਮ ਉਲਫਾ ਦੇ ਤੰਬੂ ਆਣ ਤੜੇਂਦਾ ਹੀ ਕੋਈ ਨਾ, ਤੇ ਤੇਰੀ ਜ਼ਾਤ ਦੇ ਮਗਰ ਉਜੜ ਗਿਆ ਹੈ, ਨਹੀਂ ਤਾਂ ਆਪ ਵਿਚੈਂਦਾ ਹੀ ਕੋਈ ਨਾ, ਉਹ ਮੇਰੀ ਵਜ੍ਹਾ ਤੂੰ ਬਣ ਪਹਿਚਾਣ ਗਈ, ਨਹੀਂ ਤਾਂ ਨਾ ਤੇਰਾ ਲੈਂਦਾ ਹੀ ਕੋਈ ਨਾ। ਜ਼ਿੰਦਗੀ ਰਵੇ ਤੁਹਾਡੀ, ਸਲਾਮਤ ਰਹੋ, ਆਬਾਦ ਰਹੋ। ਤੇ ਹੁੰਦਾ ਇਲਾ ਮੁਲਾਜ਼ਮ ਫੁੱਟ ਵੱਜਣਾ ਹੈ, ਨਾ ਇਤਨਾ ਪਿਆਰ ਵਧਾਈਆਂ।
ਭਾਵੇਂ ਬੇਸ਼ੱਕ ਮੇਰੇ ਖੂਨ ਦਾ ਨਾਂ ਸੰਗ ਆਪਣਿਆਂ ਵਾਂਗ ਨਿਭਾਈਆਂ। ਤੇ ਉਹਦੇ ਯਕਦਮ ਬਦਲ ਮਿਜ਼ਾਜ ਗਏ, ਉਹ ਜਿਹੜਾ ਹਰ ਦੁੱਖ ਸੁੱਖ ਦਾ ਸਾਈ ਆ, ਅੱਗ ਹਿਜਰ ਦੀ ਬਣਦੀ ਇੱਦੇ ਰਹੀ ਪਰ ਅੱਗ ਦਾ ਸੇਕ ਕਿਦਾਈ ਆ। ਬੜੀ ਮਿਹਰਬਾਨੀ, ਸਲਾਮਤ ਰਹੋ, ਆਬਾਦ। ਤਾਂ ਦੋਸਤੋ, ਮੈਂ ਹੁਣ ਜਿਹੜੀ ਹਸਤੀ ਨੂੰ ਦਾਵਤ ਸੁਖਾਉਣ ਦੇ ਰਿਹਾ, ਤੁਹਾਡੀ ਔਰ ਮੇਰੀ ਮੁਸ਼ਤਰਕਾ ਪਸੰਦੀਦਾ ਸ਼ਾਇਰ, ਜਿਹੜੇ ਦੁਬਈ ਦੇ ਵਿੱਚ ਕਮ ਅਜ਼ ਕਮ 6 ਤੋਂ 7 ਚੱਕਰ ਲਾ ਚੁੱਕੇ ਨੇ ਸ਼ਹਿਰੀ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਸ਼ਹਿਰ, ਮੀਡੀਆ ਦੇ ਨਾਮਵਰ ਸ਼ਹਿਰ, ਤੁਹਾਡੀ ਔਰ ਮੇਰੀ ਮੁਸ਼ਤਰਕਾ ਪਸੰਦ ਕਿਸੇ ਤਰਫ ਦੇ ਮੁਤਾਜ ਨਹੀਂ। ਅੱਲਾਹ ਤਬਾਰਕ ਤਾਲਾ ਉਹਨਾਂ ਦੀ ਕਲਮ ਦੇ ਵਿੱਚ ਮਜ਼ੀਦ ਇਜ਼ਾਫਾ ਫਰਮਾਵੇ, ਅੱਲਾਹ ਤਾਲਾ ਉਹਨਾਂ ਨੂੰ ਕਾਮਯਾਬੀਆਂ ਤਾਂ ਫਰਮਾਵੇ। ਮੈਂ ਉਹਨਾਂ ਨੂੰ ਦਾਵਤ ਸੁਖਨ ਦੇਵਾਂ ਦੇਵਣ ਵਾਲਾ ਵਾਂ, ਇਨਸ਼ਾਅੱਲਾ ਜੀ ਮਹਿਮਾਨਾਂ ਨੂੰ ਬਵਾਓ ਜੀ। ਮੂੰਹ ਨਾਲ ਹਰ ਕੋਈ ਬਣ ਬਣਦਾ ਹੈ ਪਰ ਕੁਝ ਕਿਰਦਾਰ ਵੀ ਹੋਵੇ। ਹੀਰਾ ਆਖਿਰ ਹੀਰਾ ਹੁੰਦਾ ਹੈ ਭਾਵੇਂ ਉਂਝ ਬੇਕਾਰ ਵੀ ਹੋਵੇ। ਹੀਰਾ ਆਖਿਰ ਹੀਰਾ ਹੁੰਦਾ ਹੈ ਭਾਵੇਂ ਟੋਟੇ ਚਾਰ ਵੀ ਹੋਵੇ। ਤੇ ਰੱਖੋ ਪਰਖ ਮੁਲਾਜ਼ਮ ਨਸਲਾਂ ਦੀ, ਉਹ ਭਾਵੇਂ ਪਿੜ ਵਿੱਚ ਹਾਰ ਵੀ ਹੋਵੇ, ਉਹ ਬੰਦਾ ਰਹੀਆ ਸਦਾ ਵੇ ਖੁਸ਼ ਹੋ ਕੇ, ਅੱਗੂ ਕੋਈ ਸਰਦਾਰ ਵੀ ਹੋਵੇ। ਅੱਛਾ ਬਾਈ ਜੀ, ਬਾਈ ਦਾ ਦੌੜਾ ਫਰਮਾਇਸ਼ ਦੇ, ਉਸ ਤੋਂ ਬਾਅਦ ਮੈਂ ਕਸਮ ਬੁਲਾ ਰਿਹਾ ਕਿ ਕਾਇਨਾਤ ਚ ਤੇਰੇ ਸਿਰ ਦੀ ਸੌ, ਤੇਰੀ ਜ਼ਾਤ ਤੂੰ ਅਫਸਲ ਵੱਧ ਕੋਈ ਨਾ, ਵਾਂਗੂ ਨੌਕਰਾਂ ਉਮਰ ਨਿਭਾਈ ਆਇਆ, ਤੇਰੇ ਹੁਕਮ ਨੂੰ ਕੀਤਾ ਰੱਦ ਕੋਈ ਨਾ। ਤੇ ਤੁਸੀਂ ਆਵਣ ਜਾਵਣ ਭੁੱਲ ਗਏ ਹੋ, ਉਹ ਮੇਰੇ ਰਾਹ ਵਿੱਚ ਹੀ ਹੋ ਜਾਈ ਕਦ ਕੋਈ ਨਾ, ਉਹ ਮੇਰੇ ਰਾਹ ਵਿੱਚ ਹੀ ਹੋ ਜਾਈ ਕਦ ਕੋਈ ਨਾ। ਕਸਮ ਕਹਿ ਲੂਣਾ, ਤੁਸੀਂ ਆਵਣ ਜਾਵਣ ਭੁੱਲ ਗਏ ਹੋ, ਮੇਰੇ ਰਾਹ ਵਿੱਚ ਹੀ ਹੋ ਜਾਈ ਕਦ ਕੋਈ ਨਾ। ਸਾਨੂੰ ਯਕਦਮ ਇੰਜ ਕਿਉਂ ਭੁੱਲ ਗਏ ਹੋ, ਮੇਰਾ ਘਰ ਕੌਕਾਫ ਦਾ ਪਦ ਕੋਈ ਨਾ। ਤਾਂ ਮੈਂ ਜਿਹੜੀ ਅਸਤੀ ਨੂੰ ਦਾਵਤ ਸੁਖਨ ਦੇ ਰਿਹਾ, ਕਿਸੇ ਤਰਫ ਦਾ ਮੁਤਾਜ ਨਹੀਂ, ਇੰਟਰਨੈਸ਼ਨਲ ਸ਼ਹਿਰ, ਜਿਹੜੇ ਮੂੜ ਵਿੱਚ ਉਹਨਾਂ ਦੇ ਕਦੀ ਕਦੀ ਇੰਝ ਵੀ ਆਖਦੇ ਨੇ ਕਿ ਰੱਖੋ ਮਈਅਤ ਜਨਾਬ ਦੀ ਚੌਖੜ 'ਤੇ ਅਸੀਂ ਹਰ ਕੇ ਤੋੜ ਆ ਗਏ ਹਾਂ। ਮੁਖਤਲਿਫ ਗਜ਼ਲਾਂ ਦੇ ਸ਼ਹਿਨਸ਼ਾਹ, ਮੁਖਤਲਿਫ ਤੋੜਿਆਂ ਦੇ ਬਾਦਸ਼ਾਹ, ਸਾਡੀ ਸਰਜ਼ਮੀਨ ਧਰਤੀ ਦਾ ਮਾਣ ਅਤੇ ਤਰਾਣ, ਪਾਕਿਸਤਾਨ ਦੇ ਸਟੇਜਾਂ ਦੀ ਸ਼ਾਨ, ਕਿਸੇ ਤਰਫ ਦੇ ਮੁਤਾਜ ਨਹੀਂ। ਬਲਕਿ ਉਸ ਤੋਂ ਪਹਿਲਾਂ ਮੈਂ ਇੰਝ ਉਹਨੂੰ ਆਖਸਾਂ ਕਿ ਕਿਸੇ ਖਾਸ ਮਹਿਮਾਨ ਦੀ ਆਮਦ 'ਤੇ ਇਹ ਅੱਖ ਨੂੰ ਹੁਕਮ ਸੁਣਾਏ ਚਾਹ। ਕਿਹੜੇ? ਕਿਸੇ ਖਾਸ ਮਹਿਮਾਨ ਦੀ ਆਮਦ 'ਤੇ ਇਹ ਅੱਖ ਨੂੰ ਹੁਕਮ ਸੁਣਾਏ ਚਾਹ, ਮੇਰੇ ਹਰ ਜਜ਼ਬੇ ਨੂੰ ਆਦਰ ਦੇ, ਘਰ ਖੁਸ਼ੀਆਂ ਨਾਲ ਸਜਾਏ ਚਾਹ, ਅਤੇ ਉਹਦੇ ਬਾਣ ਦੀ ਜਾਤੇ ਦਿਲ ਕਮਲਾ, ਹਰ ਹਸਰਤ ਹੇਠ ਵਿਜਾਏ ਚਾਹ, ਉਹ ਕਰ ਮਿਨਤ ਮੁਲਾਜ਼ਮ ਗੁਰਬਤ ਨੂੰ ਜੱਟ ਲੋਕ ਕੇ ਭਰਮ ਬਣਾਏ ਚਾਹ। ਤਾਂ ਮੈਂ ਇੰਝ ਨਾ ਆਖਾਂ ਚਾਹ ਕਿ ਹਰ ਦੇ ਮਨ ਨੂੰ ਪਿਆ ਭਾਵੇ, ਸਾਡੇ ਆਣ ਕੇ ਦਰਦ ਵੰਡਾਵੇ, ਮੇਰਾ ਦਿਲ ਮੁਲਾਜ਼ਮ ਆਉਂਦਾ ਹੁਣ ਤੇ ਕਾਲੂ ਆਉਣਾ। ਭਰਪੂਰ ਤਾਲੀਆਂ ਨਾਲ ਇਸਤੇਮਾਲ ਕਰਨਾ ਹੈ ਜਨਾਬ ਸਾਡੇ ਪਿਆਰੇ ਭਾਈ ਮੋਹਤਰਮ ਕਾਸਿਮ ਕਾਲੂ ਆਉਣਾ।